ਸਿੰਘ ਪਿੰਡ ਸੈਦਪੁਰ ਕਲਾਂ ਜ਼ਿਲ੍ਹਾ ਗੁਰਦਾਸਪੁਰ ਸਰਪੰਚ ਸਾਡੀ ਬੀਬੀ ਪਰਮਜੀਤ ਕੌਰ ਨੇ ਸਾਡੇ ਪਿੰਡ ਦੇ ਵਿਕਾਸ ਦੇ ਕੰਮ ਕੁਝ ਹੋ ਚੁੱਕੇ ਨੇ ਜਿਨ੍ਹਾਂ ਵਿੱਚ ਦੋ ਕਬਰਸਤਾਨ ਸ਼ਮਸ਼ਾਨ ਘਾਟ ਨੇ ਇੱਕ ਐਸੀ ਤੇ ਇੱਕ ਜਨਰਲ ਉਹਨਾਂ ਦੇ ਕੁਝ ਕੰਮ ਅਧੂਰੇ ਨੇ ਜੋ ਹੋਣ ਵਾਲੇ ਬਾਕੀ ਨੇ ਪਿੰਡ ਦੇ ਵਿੱਚ ਨਰੇਗਾ ਸਕੀਮ ਤਹਿਤ ਕੁਛ ਕੰਮ ਚੱਲ ਰਹੇ ਨੇ ਬਾਕੀ ਪਿੰਡ ਦਾ ਸੀਵਰੇਜ ਪੈ ਚੁੱਕਾ ਆ ਗਲੀਆਂ ਨਾਲੀਆਂ ਦਾ ਕੰਮ ਅਜੇ ਹੋਣ ਵਾਲਾ ਆ ਹੋਰ ਪਿੰਡ ਦੇ ਵਿਕਾਸ ਦੇ ਕਈ ਕੰਮ ਰਹਿੰਦੇ ਨੇ ਅਸੀਂ ਪਿੰਡ ਦੇ ਨਿਵਾਸੀ ਬੀਬੀ ਪਰਮਜੀਤ ਕੌਰ ਦੇ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਅਤੇ ਨਾਲ ਸਰਦਾਰ ਤ੍ਰਿਪਤ ਸਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ ਪੰਜਾਬ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਸਾਡੇ ਪਿੰਡ ਨੂੰ ਗ੍ਰਾਂਟ ਦੇ ਕੇ ਪਿੰਡ ਦਾ ਵਿਕਾਸ ਕਰਾਇਆ ਅਸੀਂ ਚਾਹੁੰਦੇ ਹਾਂ ਕਿ ਉਹ ਹੋਰ ਵੀ ਸਾਨੂੰ ਗ੍ਰਾਂਟਾਂ ਦੇਣ ਅਤੇ ਅਸੀਂ ਇਸੇ ਤਰ੍ਹਾਂ ਪਿੰਡ ਦਾ ਵਿਕਾਸ ਜੰਗੀ ਪੱਧਰ 'ਤੇ ਕਰਾ ਸਕੀਏ ਅਸੀਂ ਨਗਰ ਨਿਵਾਸੀਆਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਕਿ ਜਿਨ੍ਹਾਂ ਬੀਬੀ ਪਰਮਜੀਤ ਕੌਰ ਨੂੰ ਪਿੰਡ ਦਾ ਸਰਪੰਚ ਬਣਾਇਆ ਅਤੇ ਜੋ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ ਪੰਜਾਬ ਦੀ ਰਹਿਨਮਾਈ ਹੇਠ ਪਿੰਡ ਦਾ ਵਿਕਾਸ ਕਰਾ ਰਹੇ ਨੇ ਪਿੰਡ ਦੇ ਬਹੁਤ ਸਾਰੇ ਕੰਮ ਉਹਨਾਂ ਕਰਾ ਦਿੱਤੇ ਨੇ ਬਾਕੀ ਜਿਹੜੇ ਕੰਮ ਰਹਿੰਦੇ ਨੇ ਅਸੀਂ ਸਰਕਾਰ ਤੋਂ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਹੋਰ ਗ੍ਰਾਂਟ ਦਿੱਤੀ ਜਾਏ ਅਤੇ ਇਹ ਪਿੰਡ ਦਾ ਵਿਕਾਸ ਜੰਗੀ ਪੱਧਰ 'ਤੇ ਕਰਾ ਸਕਣ ਪਿੰਡ ਦੇ ਕੁਛ ਕੰਮ ਰਹਿੰਦੇ ਨੇ ਜਿਵੇਂ ਕਿ ਪਿੰਡ ਦੀਆਂ ਸਾਰੀਆਂ ਗਲੀਆਂ ਭਰਨ ਵਾਲੀਆਂ ਇੰਟਰਲੋਕ ਲੱਗਣ ਵਾਲੀ ਆ ਬਾਹਰ ਜਿਹੜਾ ਸੀਵਰੇਜ ਪੈ ਚੁੱਕਾ ਆ ਬਾਕੀ ਅੰਦਰੋਂ ਗਲੀਆਂ ਵਾਲਾ ਸਾਰਾ ਸੀਵਰੇਜ ਪੈਣ ਵਾਲਾ ਆ ਉੱਥੇ ਇੰਟਰਲੋਕ ਲੱਗਣੀ ਆ ਹੋਰ ਕੁਝ ਰਸਤਿਆਂ ਦੇ ਰਾਹ ਨੇ ਡੇਰਿਆਂ ਦੇ ਉਹ ਭਰਨ ਵਾਲੇ ਨੇ ਹੋਰ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਇੰਟਰਲੋਕ ਲੱਗਣ ਵਾਲੀ ਆ ਕੁਰਸੀਆਂ ਲੱਗਣ ਵਾਲੀਆਂ ਨੇ ਹੋਰ ਸੈੱਟ ਪੈਣ ਵਾਲੇ ਨੇ ਹੋਰ ਵੀ ਪਿੰਡ ਦੇ ਕਾਫੀ ਕੰਮ ਨੇ ਜੋ ਕਿ ਜੇ ਕਰਾਉਣ ਵਾਲੇ ਨੇ ਅਤੇ ਅਸੀਂ ਆਸ ਕਰਦੇ ਹਾਂ ਸਰਕਾਰ ਕੋਲੋਂ ਕਿ ਉਹ ਸਾਡੇ ਕੰਮ ਜਿਹੜੀ ਆ ਪਹਿਲ ਦੇ ਆਧਾਰ 'ਤੇ ਕਰਾਉਗੀ ਇਸ ਉੱਤੇ ਸਾਬਕਾ ਸਰਪੰਚ ਸਰਦਾਰ ਅਮੀਰ ਸਿੰਘ ਜੀ ਸਾਡੇ ਨਾਲ ਖੜ੍ਹੇ ਨੇ ਇਸ ਪਿੰਡ ਸੈਦਪੁਰ ਕਲਾਂ ਦੇ ਸ਼ਮਸ਼ਾਨ ਘਾਟ ਆ ਇਹਦੇ ਵਿੱਚ ਇਹ ਸ਼ਮਸ਼ਾਨ ਘਾਟ ਜੋ ਕਿ ਐਰਕਾਂ ਹੀ ਅਸੀਂ ਕਢਾ ਕੇ ਜਗ੍ਹਾ 'ਤੇ ਤਿਆਰ ਕੀਤੀ ਆ ਪਹਿਲਾਂ ਛੱਪੜ ਦੇ ਕੰਢੇ ਲੋਕ ਸਤਿਕਾਰ ਕਰਦੇ ਨੇ ਬੜੇ ਚਿਰ ਦੇ ਤੋਂ ਲੈ ਕੇ ਹੁਣ ਤੱਕ ਹੁਣ ਆਪਾਂ ਇੱਥੇ ਚਾਹੁੰਦੇ ਹਾਂ ਇੰਟਰਲੋਕ ਲੱਗੇ ਬਹਿਣ ਵਾਸਤੇ ਕੁਰਸੀਆਂ ਦਾ ਪ੍ਰਬੰਧ ਹੋਏ ਅਤੇ ਜਿਹੜਾ ਇੱਕ ਸ਼ੈੱਡ ਕਮਰਾ ਤਿਆਰ ਹੋਏ ਜਿਹਦੇ ਵਿੱਚ ਛਿਟਕਣੀ ਦੇ ਵਿੱਚ ਮੀਂਹ ਦੇ ਵਿੱਚ ਸੰਗਤ ਦੇ ਬਹਿਣ ਵਾਸਤੇ ਪਿੰਡ ਸੈਦਪੁਰ ਕਲਾਂ ਦਾ ਛੱਪੜ ਆ ਜੀ ਇਹ ਤਕਰੀਬਨ ਰਕਬਾ 2.25 ਕਿੱਲੇ ਆ ਇਹਨੂੰ ਡੂੰਘਾ ਕਰਾਉਣਾ ਇਹਦੀ ਸਫਾਈ ਕਰਾਉਣੀ ਚਾਰ ਦੀਵਾਰੀ ਕਰਾਉਣ ਦਾ ਕੰਮ ਜਿਹੜਾ ਸਾਰਾ ਰਹਿੰਦਾ ਹੋਏ ਸਾਰਾ ਹੋਣ ਵਾਲਾ ਅਸੀਂ ਚਾਹੁੰਦੇ ਹਾਂ ਸਾਰਾ ਇਹਦਾ ਕੰਮ ਕੰਪਲੀਟ ਹੋਏ ਅਤੇ ਪਿੰਡ ਨੂੰ ਸੁੱਖ ਹੋ ਸਕੇ ਬਾਜਵਾ ਸਾਹਿਬ ਸਾਡੇ ਵਿਧਾਇਕ ਨੇ ਅਸੀਂ ਬਹੁਤ ਉਹਨਾਂ ਧੰਨਵਾਦੀ ਹਾਂ ਅਤੇ ਉਹ ਸਾਨੂੰ ਗ੍ਰਾਂਟਾਂ ਦੇਣ ਅਸੀਂ ਪਿੰਡ ਦਾ ਵੱਧ ਤੋਂ ਵੱਧ ਵਿਕਾਸ ਕਰਾ ਸਕੀਏ ਕਲਾਂ ਦੀਆਂ ਐਸੀ ਸ਼ਮਸ਼ਾਨ ਘਾਟ ਹੈ ਇਹ ਸ਼ਮਸ਼ਾਨ ਘਾਟ 'ਤੇ 5 ਲੱਖ ਰੁਪਈਆ ਆਇਆ ਸੀਗਾ ਜਿਹਦੇ ਵਿੱਚ ਆਪਾਂ ਚਾਰ ਦੀਵਾਰੀ ਕਰਾ ਕੇ ਬਾਕੀ ਬਹੁਤ ਸਾਰਾ ਕੰਮ ਕਰਾਇਆ ਵਾ ਹੁਣ ਸ਼ਮਸ਼ਾਨ ਘਾਟ ਦੇ ਵਿੱਚ ਇੰਟਰਲੋਕ ਲੱਗਣ ਵਾਲੀ ਆ ਕੁਰਸੀਆਂ ਲੱਗਣ ਵਾਲੀਆਂ ਨੇ ਅਤੇ ਕਮਰਾ ਵੀ ਪੈਣ ਵਾਲਾ ਆ ਅਤੇ ਸਾਡੀ ਪਰਜੋਰ ਮੰਗ ਆ ਸਰਕਾਰ ਨੂੰ ਜੋ ਸਾਨੂੰ ਸਹਾਇਤਾ ਕਰੇ ਤਾਂ ਅਸੀਂ ਪਿੰਡ ਦਾ ਵਿਕਾਸ ਕਰ ਸਕੀਏ